सत श्री अकाल डी फाइव चैनल पंजाबी देख रहे सारे दर्शकों का मैं धर्मेंद्र संधू स्वागत करदा। पंजाब सरकार वालों एक अहम फैसला लिया जिस दे तहत यह कहा गया कि जिन्नियां भी शामलड़ जमीन ने वो ग्राम पंचायत अपने नाम करवा लैन। इहदा की फर्क पवेगा, किन्ना लोगों के उत्ते इहदा असर पवेगा, इस मुद्दे को लैके असी किसान आगू रुलदू सिंह मानसा दे नाल फोन दे उत्ते गलबात की है। आओ तुहानू सुनाउणे आ कि उन्हां दा इस मामले दे विच की कहना है। मानसा साहब, पंजाब सरकार वालों एक आदेश जारी किए गए हैं जिदे विच उन्होंने कहा है कि जिन्नियां भी शामलड़ जमीन ने उन्होंने हक उन्होंने जिहड़े इंतकाल ने वह ग्राम पंचायतों के नाम चढ़ा दिते जाण, फौरी इस कार्रवाई को अमल दे विच लिआंदा जावे। इस नूं किस तरह देखते हो? देखो, सरकार पहला भी यही कर दिया ने जमीन आपके नाम करके, चाहे वह स्टेट सरकार हो सेंटर सरकार हो, फिर वड्डे घराने नूं देना चाहुंदी होंगी। जिवें बादल साहब ने नहरी कोठियां नहीं बेचतीआं दीआं जी, मतलब सारिया नहरी कोठियां वड्डे किसान लै गए, मतलब जे आप गल करिए बेच के पैसा वह कदम खिदर गया की होया, सस्तियां भी दित्तियां, ठीक है ना। गल असी जिहड़े कोई छोटा किसान घर पाई बैठा है जां कल्ली उहदे कोल उही जमीन उहदा कब्जा है, वह बिल्कुल नहीं मोर्चा छड्डण देऊगा जी। जे कोई वड्डा वड्डा किसान जिहदे कोल आपदे 40-50 किन्ने ने उहने दबी है, जां किसी राजनीतिक बंदे ने दबी है, जां किसी अफसर ने दबी है, जां व्यापारी ने, उह तों सरकार छड़ाऊ सरकार दे नाल रहिंदी। गरीब कोई मजदूर बैठा है, किसान बैठा, उहदे कोल उही जमीन है, छड़ाऊ, बिल्कुल असी विरोध करांगे। ते अगली मैं सरकार तों मंग करनी चाहुंदा वी जिन्नी वी सांझियां जमीनां, चाहे पंचायती ने चाहे कोई होर सांझियां, सारे च दरखत लवाए जाण, ना तो पंचायत नूं 10-15 साल वधिया कमाई होणा, इह वादा बंकी करूगा जी। हुण जीरिया इह बणदे असीं दरखत नहीं ला सकदे, क्योंकि गल तो मैं पहला मैं भी कहिंदा 5 दरखत लाओ, मेरा बड़ी जिंदगी जिदाई रहिंदी, उह फिर मैनूं वर्कर कहिंदे वी आ चल खेतों गेटां मरवाउंदे आ, मतलब मैं देखिया जिते इक दरखत आ इक कनाल जीरी मर जांदी है जी, ਉਹ ਬਿਲਕੁਲ ਨਹੀਂ ਹੁੰਦੀ, ਉਸ ਤੋਂ ਪਹਿਲਾਂ ਹੀ ਕਰ ਜਾਂਦੀ ਹੈ, ਡਿੱਗ ਪੈਂਦੀ ਹੈ, ਦੂਜੀ ਨਾਲ ਦੀ ਨੂੰ ਖਰਾਬ ਕਰਦੇ ਹੋ। ਪਰ ਮਾਨਸਾ ਸਾਹਿਬ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਹੈ ਕਿ ਜਿਹੜੇ ਛੋਟੇ ਲੋਕ ਨੇ ਜਿਹੜੇ ਮਤਲਬ ਆਪਣਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚਲਾਉਂਦੇ ਨੇ, ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਆਵਾਜ਼ ਬੁਲੰਦ ਕਰੋਗੇ, ਤੇ ਇਹਦੇ ਨਾਲ ਫਿਰ ਸਰਕਾਰ ਦੇ ਜਿਹੜੇ ਆਦੇਸ਼ ਨੇ ਸਿੱਧੀ ਟਕਰਾਅ ਦੀ ਸਥਿਤੀ ਨਹੀਂ ਬਣ ਜੂਗੀ ਤੁਹਾਡੀ, ਕਿਸਾਨਾਂ ਦੀ ਤੇ ਸਰਕਾਰ ਦੀ? ਟਕਰਾਅ ਤਾਂ ਜੀ ਮੋਦੀ ਨਾਲ ਟਕਰਾਅ ਲੈ ਸਕਦੇ, ਪੰਜਾਬ ਸਰਕਾਰ ਸਾਡੇ ਮੂਹਰੇ ਕੀ ਚੀਜ਼ ਹੈ ਜੀ, ਮੇਰੀ ਗੱਲ ਸੁਣੋ, ਮੇਰੀ ਬੇਨਤੀ ਹੈ ਅਸੀਂ ਦੇਖੋ ਅਸੀਂ ਗਰੀਬ ਦੇ ਹੱਕ 'ਚ ਖੜਨ ਜੀ, ਗਰੀਬ ਕਿਸਾਨ ਹੋਵੇ, ਮਜ਼ਦੂਰ ਹੋਵੇ, ਕੋਈ ਛੋਟਾ ਦੁਕਾਨਦਾਰ ਹੋਵੇ, ਹੁਣ ਇੱਕ ਬੰਦਾ ਇੱਕ ਦੁਕਾਨ ਪਾਈ ਬੈਠਾ, ਉਹ ਚੱਲ ਮੈਂ ਕਹਿੰਦਾ ਸੈਮਲਟ ਜੀ ਪਾਈ ਬੈਠਾ ਹੈਗਾ, ਉਹ ਆਪਦੇ ਬੱਚੇ ਪਾਲਦਾ ਹੈਗਾ, ਉਹ ਕਿੱਧਰ ਜਾਊਗਾ? ਮਤਲਬ ਇਹ ਤਾਂ ਹਰਿਆਣਾ ਸਰਕਾਰ ਨੇ ਚਲਾ ਛੱਡਿਆ ਜੀ, ਆਹ ਢਾਤੀਆਂ ਕੋਠੀਆਂ ਉਹ ਢਾਈ ਜਾਂਦੇ ਨੇ, ਉਸੇ ਬਰੋਜਰ ਚਲਾਈ ਜਾਂਦੇ ਨੇ, ਉਹਦੀ ਉਮਰ ਲਾਮੀ ਕਰਦਣ, ਕਿਉਂ ਢਾਉਂਦੇ ਨੇ? ਢਾਉਂਦੇ ਵੀ ਕਿਉਂ ਨੇ ਜੀ? ਮੇਰੀ ਗੱਲ ਖਿਆਲ ਕਰ ਲਓ, ਕੰਪਨੀ ਦਾ ਦੁਬਾਰੇ ਸਮਿੰਟ ਵਿਕੇ, ਇੱਟਾਂ ਵਾਲੀਆਂ ਇੱਟਾਂ ਵਿਕਣ, ਠੀਕ ਆ, ਲੋਹੇ ਦਾ ਲੋਹਾ ਵਿਕੇ, ਉਹ ਬੱਟਾ ਆਉਂਦੇ ਨੇ, ਉਹਨੂੰ ਲਿਲਾਮੀ ਕਰ ਦੇਣ, ਉਹ ਤੋਂ ਕਿਸ਼ਤਾਂ ਬਣਾ ਦੇਣ, ਉਹ ਭਰਾ ਲੈਣ ਜੇ ਚੱਲ ਕੋਈ ਤਾਕੜਾ ਬੰਦਾ ਵੀ ਪਾਈ ਬੈਠੇ, ਵੀ ਭਾਈ ਤੈਨੂੰ ਪੈਸੇ ਦੇਣੇ ਪੈਣਗੇ, ਕਿਤੇ ਚੀਜ਼ ਚਾਹੀਦੀ ਹੈ ਤੁਸੀਂ ਇੰਗਲੈਂਡ 'ਚ ਵਗ ਜਾਓ, ਉਹ ਆਮ ਬੰਦਾ ਵੀ ਆਪਦਾ ਘਰ ਨਹੀਂ ਢਾਉਂਦਾ, ਜਿਹੜਾ ਦਾਦੇ ਪੜਦਾ ਉਵੇਂ ਚੁੱਕਰ ਰੱਖਦੇ ਨੇ, ਆਪਣੇ ਤਾਂ ਜੱਟਾ 'ਚ ਵੀ ਹੈਗਾ ਵੀ ਢਾ ਦਰਵਾਜ਼ਾ ਢਾਓ, ਇਹ ਬੁੜੇ ਦਾ ਪਾਇਆ ਹੋਇਆ ਤੇ ਕੋਠੀ ਬਣਾਈਏ ਜੀ, ਇਹ ਨੁਕਸਾਨਦੇਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਜੀ, ਠੀਕ ਹੈ। ਅਸੀਂ ਖੜਾਂਗੇ ਛੋਟੇ ਲੋਕਾਂ ਨਾਲ, ਜੇ ਸਰਕਾਰ ਇਹ ਧੱਕਾ ਗੁਰੂ ਬਿਲਕੁਲ ਨਹੀਂ ਕਰਨ ਦੇਵਾਂਗੇ, ਹੱਥ ਆਕੜਿਆਂ ਨੂੰ ਚੜੂ ਸਰਕਾਰ ਦੇ ਨਾਲ ਜੀ ਜੀ। ਮਿਹਰਬਾਨੀ ਮਾਨਸਾ ਜੀ ਤੁਹਾਡੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸ਼ਾਮਲੜ ਜ਼ਮੀਨਾਂ ਖਾਲੀ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦੇ ਚੱਲਦਿਆਂ ਕਈ ਏਕੜ ਜ਼ਮੀਨ ਖਾਲੀ ਵੀ ਕਰਵਾਈ ਗਈ ਸੀ, ਅਤੇ ਹੁਣ ਰੁਲਦੂ ਸਿੰਘ ਮਾਨਸਾ ਨੇ ਕਹਿ ਦਿੱਤਾ ਹੈ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜਾਂਗੇ, ਅਤੇ ਜਿਹੜੇ ਧਨਾੜ ਲੋਕ ਨੇ, ਰਸੂਖਦਾਰ ਲੋਕ ਨੇ, ਉਹਨਾਂ ਦੇ ਅਸੀਂ ਖਿਲਾਫ ਹੋਵਾਂਗੇ, ਸਰਕਾਰ ਦਾ ਸਾਥ ਦੇਵਾਂਗੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਮੋੜ ਆਉਂਦਾ ਹੈ। ਕੈਮਰਾਮੈਨ ਗੁਰਪ੍ਰੀਤ ਸੱਭਰਵਾਲ ਦੇ ਨਾਲ ਮੈਂ ਧਰਮਿੰਦਰ ਸੰਧੂ, ਜੁੜੇ ਰਹੋ ਡੀ ਫਾਈਵ ਚੈਨਲ ਪੰਜਾਬੀ ਦੇ ਨਾਲ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਡੀ ਫਾਈਵ ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।